आप तड़के गल क्यों परेशान बैठे हैं? ਤਾਤਾ ਕੱਲ ਸਕੂਲ ਸੁਲ ਜਾਣਾ, ਆਪਾਂ ਨਾ ਨਵੇਂ ਤਪਲੇ ਲੈ ਦਿੰਦਾ, ਬਲਦੀ ਫੇਰੀ ਹੁੰਦੀ ਹੈ, ਨਾ ਨਵੀਂ ਬਲਦੀ ਲੈ ਦਿੰਦਾ, ਨਾ ਬੂਤ ਲੈ ਦਿੰਦਾ, ਨਾ ਸਕੂਲ ਜਾਂਦਾ, ਨਾ ਪੈਸੇ ਦਿੰਦਾ, 10 ਮਿੰਟ ਹੀ ਸਰ ਨਾਲ ਲੈ ਦਿੰਦੇ। ਚੱਲ ਤੇਰੇ ਅੱਬੇ ਨਾਲ ਮੈਂ ਕਰਨਾ ਗੱਲ, ਲਿਆ ਦੇ ਸੀ ਤੈਨੂੰ ਸਾਰਾ ਕੁਝ, ਤਾਂ ਤੂੰ ਇੰਜ ਕਰਨਾ ਲੈ ਨਾ ਪੈਸੇ, ਘਿਓ ਕਿਲੋ, ਕਿਲੋ ਤਿਓ, ਤੇ ਕਿਲੋ ਚੀਨੀ, ਕਿਲੋ ਤੀਨੀ, ਤੇ ਸੇਮੀਆਂ, ਸੇਮੀਆਂ ਦਾ ਪੈਕਟ, ਸੇਮੀਆਂ ਦਾ ਪੈਕਟ, ਜਿੰਨੀਆਂ ਇੱਕ ਪੈਕਟ ਲੈ ਆਵੀਂ। ਇੱਕ ਪੈਕਟ ਯਾਦ ਹੀ ਮੈਂ ਕੇ ਕੇ ਆਖਿਆ ਕੇ ਲਿਆਉਣਾ? ਜੀ ਤਾਤਾ ਦਾਦ ਹੈ, ਦਾਦ ਹੈ, ਯਾਦ ਹੈ? ਦਾਦ ਹੈ, ਦਾਦ ਹੈ। ਚੱਲ ਠੀਕ ਹੈ, ਕਿਲੋ ਕਿਲੋ ਤੀਨੀ, ਇਹ ਤਿਓ ਦਾ ਪੈਕਟ, ਸੇਮੀਆਂ ਇਹ ਲੈ ਗਿਆ, ਬਾਤੀ ਦੇ ਲੈ, ਬਾਅਦ ਮੈਂ ਲੈ ਲਾ। ਤੂੰ ਲੈ ਲਈ ਇਸ ਚੀਜ਼ਾਂ ਲੈ ਆ ਨਾ, ਬਾਕੀ ਜਿਹੜੇ ਬਚ ਗਏ ਤੂੰ ਲੈ। ਇੱਥੇ ਲੋ ਤੀਨੋ, ਇੱਥੇ ਉਹਦਾ ਪੈਸਾ, ਇੱਥੇ ਸੇਮੀਆਂ ਦਾ ਪੈਸਾ, ਇੱਥੇ ਲੋ ਤੀਨੀ, ਇੱਥੇ ਉਹਦਾ ਪੈਸਾ, ਇੱਥੇ ਲੋ ਤੀਨੀ, ਇੱਥੇ ਉਹਦਾ ਪੈਸਾ, ਤੇ ਸੇਮੀਆਂ ਦਾ ਪੈਸਾ। ਉਹ ਪਲਾ ਕਰਨ ਆ, ਮੈਨੇ ਵੀ ਸੁਣ ਲਓ, ਮੈਂ ਵੀ ਸਮਾਨ ਲੈਣ ਆਇਆ। ਉਹ ਨਾ ਲਾਉ ਤਾਂ ਯਾਰ, ਭਾਈ ਜਾਨ ਕੀ ਲੈਣਾ ਹੈ? ਇਹ ਤਿਲਾ ਤਿੰਨੀ, ਇਹ ਪਿਓ ਦਾ ਪੈਦਾ ਤੇ ਫੇਨੀਆਂ ਦੇ। ਉਹ ਇੱਕ ਮਿੰਟ ਲੈਣ ਕੇ ਆਇਆ ਤੂੰ? ਕੀ ਪਿਓ ਦਾ ਪੈਕੇਟ? ਉਹ ਪਿਓ ਨੂੰ ਜਾ ਕੇ ਪੁੱਛ ਤਾ ਜਾ, ਕੀ ਪਿਓ ਕਿਹੜਾ ਪਿਓ ਦਾ ਪੈਕੇਟ? ਤੁਹਾਨੂੰ ਸਮਝ ਨੀ ਪੀ ਆਉਂਦੀ, ਮੈਂ ਤੇ ਪਿਆ ਨਾ ਇਹ ਤਿਲੋ ਤਿੰਨੀ ਪਿਓ ਦਾ ਪੈਦਾ ਦੀ ਫੇਨੀਆ ਦੇ ਦਲਦੀ ਦਾਲ ਮੈਂ ਦਾਣਾ ਹੈ। ਉਹ ਛੋੜ ਦੇ, ਉਹ ਇੱਧਰ ਆ ਜਾ, ਮੈਨੂੰ ਕੋਈ ਸਮਝ ਨੀ ਪੀ ਨਾ, ਮੇਰਾ ਅੱਗਾ ਦਿਮਾਗ ਪਿਆ। ਔਰ ਆਓ ਉਹ ਗੋਂਦਲ ਤਾਂ ਤੂੰ ਮੈਂ ਕਿਸੇ ਜਗ੍ਹਾ ਨਾ ਜੀਣ ਦੇਈ, ਕਦੇ ਇੱਧਰ ਆ ਕਦੇ ਉੱਧਰ। ਇਹ ਤਿਲੋ ਤਿੰਨੀ, ਇਹ ਪਿਓ ਦਾ ਪੈਦਾ, ਇੱਥੇ ਫੇਨੀਆਂ, ਉਹ ਫੇਨੀਆਂ ਦੇ ਤੈਨੂੰ ਫੇਨੀਆਂ ਮਿਲ ਸਨ ਨਾ, ਫੇਨੀਆਂ ਇੱਥੇ ਕਿਹੜੀਆਂ ਆਉਂਦੀਆਂ ਨੇ? ਤਾਤੇ ਮੈਨੂੰ ਆ ਜਿਹੜਾ, ਤੁਹਾਨੂੰ ਦੋਵਾਂ ਨੂੰ ਮੇਰੀ ਸਮਝ ਨੀ ਪਿਆ, ਹੁਣ ਥਾਲੇ ਆ ਜਾਂਦੇ ਨੇ, ਸਮਝ ਨੀ ਆਉਂਦੀ, ਸਮਝ ਨੀ ਆਉਂਦੀ, ਤੁਹਾਨੂੰ ਮੇਰੀ ਸਮਝ ਨੀ ਆਉਂਦੀ। ਮੈਂ ਤੂੰ ਅੰਦਰ ਕਰ, ਮੇਰਾ ਅੱਗੇ ਐਂਡ ਐਂਡ ਮੈਂ ਚੱਲ ਤਾਮ ਲੱਗ ਮੁੰਦਾ ਦਾਦਾ ਮੈਂ ਦੱਸ ਇਹ ਤੇਰਾ ਤਿੰਨੀ, ਇਹ ਪਿਓ ਦਾ ਪੈਦਾ, ਇਹ ਫੇਨੀਆਂ ਉਹ ਇਸ ਕੀ ਫੇਨੀਆਂ ਦੇ ਤਾਂ ਨਾਲ ਚਿੱਟ ਦਾ ਲਿਖ ਕੇ ਦੇ, ਕਿਤੇ ਪਿਓ ਨੂੰ ਕੀ ਚਾਹੀਦਾ, ਚਿੱਟ ਬਣਾ ਕੇ ਦਿਓ, ਇਹੋ ਜੀ ਟੂ ਭੇਜੋ। ਉਹ ਉਸਤਾਦ ਕੈਸੇ ਕੈਸੇ ਤੂੰ ਗਾਹਕ ਜਿਹੜਾ ਰੱਖੇ ਨੇ ਇੱਥੇ, ਉਹ ਜਾ ਚਾਚੇ ਕੋਲ, ਚਾਚੇ ਨੇ ਕਿਹਾ ਲਿਖ ਕੇ ਦੇ, ਲਿਖ ਕੇ ਉਹਨਾਂ ਨੂੰ ਕੋਈ ਸਮਝ ਆਉਂਦੀ, ਉਹਨਾਂ ਦੇ ਉੱਪਰੋਂ ਉੱਪਰੋਂ ਐਂ ਲੱਗਦੀ ਹੈ, ਜਾ ਨਸ। ਉਹ ਨਹੀਂ ਮੇਰੀ ਸਮਝ ਪਿਆ ਸੀ, ਮੈਂ ਨਾ ਵੀ ਨਹੀਂ ਸਮਝ ਆਉਂਦੀ, ਤੂੰ ਬੋਲਣ ਦੇ ਲੱਗੇ ਆ। ਉਹਦੇ ਉਸਤਾਦ ਹੈਂਡਲ ਕਰ, ਮੇਰਾ ਬੜਾ ਕੰਮ ਹੈ, ਮੇਰੇ ਉੱਥੋਂ ਕੀ ਲੱਗਦੀਆਂ ਨੇ। ਜਾ ਮੇਰਾ ਬਾਹ, ਤੂੰ ਘਰ ਜਾ ਤੇ ਚਾਚੇ ਨੂੰ ਬੁਲਾ।
ਸਾਨੂੰ ਕੋਈ ਸਮਝ ਨੀ ਪੈਂਦੀ, ਸੁਬਹ ਸੁਬਹ ਦਾ ਟਾਈਮ ਹੈ, ਉਹ ਪਤਾ ਨੀ ਪਿਓ ਦਾ ਪੈਕਟ ਹੈ ਜਾਂ ਕਿਸ, ਕੋਈ ਸਮਝ ਨੀ ਪੈਂਦਾ। ਕਿੱਧਰ ਹੀ ਸਮਾਨ ਜਿਹੜਾ ਤੈਨੂੰ ਆਖਿਆ ਤੋ ਬੇਲ ਤੋ ਗੁਣਾ ਕਾ